بار دیگر بابا سے بلند صلوات پڑھو پاک خاندان، نعرہ تکبیر، عام نام نہیں خالق اکبر دا نام ہے، بابا سے بلند چو، نعرہ تکبیر، نعرہ رسالت، نعرہ رسالت، نعرہ حیدری، دویاں تو بلند کر کے نعرہ حیدری، یا علی، حسینیت، یزیدیت، محمد و آل محمد دشمن دلان، بارے دیگر بابا سے بلند صلوات پڑھا، مولا جمیع مومنین و مومنات دا اس مقدس مقام تے ٹرگایا انہوں نے سرور بکل فرمائے، بانیاں نے صفِ آزادی سید جمیلا حسین بادشاہ دا پاک خالق اپنے پاک دربار وچ منظور ہو قبول فرمائے، جڑے اے حسرت ان کے اس صفِ آزادی ٹرائے ہو جو حسین دے لکھے پاسے علی ماں کو ان دے اللہ راسی پتر دا پرسہ دے ہوں، اے حسرت دل دے وچ کھن کے آون والے کہیں مومن کہیں مومنا خالق کی تو خالی نہ بلاوے، ساریاں دیاں جھولیاں پور کر کے ٹورن بولو، آخر اہم ترین دعائے خالق کے کنار منتقم حقیقی دے ظہور استاجی فرماویں، اپنے تمام تر دعاواں دی قبولیت دی خاطر باواز بلند صلوات پڑھو، نہیں ماشاءاللہ کافی جماؤ با جماعت با آواز بلند صلوات پڑھو، محمد والے محمد دی پاک ساتھ، اعوذ باللہ من الشیطان اللہین الرجیم، بسم اللہ الرحمن، کدی شہر مدینہ کعبہ کربل وارے جائیں تبدیل، مولا ہے قبول فرمائے، رویں دی کیڑی گل ہے، پانیٹھ وی جن کربل کا
ਫਰਮਾਵੇ ਦੁੱਖਾ ਜੀਆਂ ਸਵਾਲ ਲਈ ਦੁੱਖਾ ਜੀਆਂ ਜਵਾਬ ਦਿੱਤੇ ਅਕਬਰ ਦੇ ਬਾਬੇ ਰੋ ਰੋ ਕਿਆ ਦੇ ਅੰਮਾ ਦੀ ਜਾਈ ਤੂੰ ਆਲਮਾ ਗੈਰੇ ਮੌਲਮਾ ਏ ਮੈਂ ਕੋ ਅੱਲਾ ਦੇ ਨਾ ਤੇ ਦੱਸਾ ਗਰੀਬਾਂ ਦਾ ਕੌਣ ਸਕਦੀ ਹੁੰਦਾ ਏ ਅੱਲਾ ਰਾਸੀਆਂ ਦਾ ਕੌਣ ਮਦਦਗਾਰ ਆਉਂਦਾ ਏ ਬੇਵਤਨ ਪਰਦੇਸੀਆਂ ਦਾ ਕੌਣ ਨਾਸਰ ਆਉਂਦਾ ਏ ਬੀਬੀਆਂ ਦੀ ਝਿੱਕੀਆਂ ਗਾਲੀ ਨਾ ਕਰ ਕਾਗਜ਼ ਕਲਮ ਦਵਾਤ ਮੰਗਾ ਖਤ ਤੋਂ ਲਿਖ ਦਸਤਖਤ ਮੈਂ ਕਰੇ ਨੀਆਂ ਨਾਲੇ ਅਲੀ ਦੀ ਉਹ ਕੇ ਜ਼ਮਾਨਤ ਦੇਨੀਆਂ ਵੀ ਆ ਕੋਈ ਆਵੀ ਨਾ ਵੀ ਮੇਰਾ ਹਬੀਬ ਫਿਰਾ ਜ਼ਰੂਰ ਅਸੀ ਮੌਲਾ ਤੇਰਾ ਗਿਰੀਆ ਕਬੂਲ ਫਰਮਾਵੇ ਜਦਾਂ ਆਖੇ ਵੀ ਆ ਕੋਈ ਆਵੀ ਨਾ ਆਵੀ ਹਬੀਬ ਫਿਰਾ ਜ਼ਰੂਰ ਅਸੀ ਸੈਯਦ ਦੀ ਆਦ ਦੀ ਕਾਗਜ਼ ਕਲਮ ਦਵਾਤ ਮੰਗਾਓ ਕਾਗਜ਼ ਕਲਮ ਦਵਾਤ ਆਇਆ ਸੈਯਦ ਨੇ ਇਬਾਰਤ ਲਿਖਣਾ ਸ਼ੁਰੂ ਕੀਤੀ ਬਿਸਮਿਲਾਹ ਰਹਿਮਾਨ ਰਹੀਮ ਮਿਨਲ ਹੁਸੈਨ ਇਬਨ ਸੈਯਦ ਇਲਾ ਰਜਲ ਫਕੀ ਹਬੀਬ ਬਨੇ ਮਜ਼ਾਹਿਰ ਮਰਦੇ ਫਕੀ ਹਬੀਬ ਬਨੇ ਮਜ਼ਾਹਿਰ ਦੇ ਨਾਂ ਸੈਯਦਾ ਦੇ ਗਰੀਬ ਲਾਲ ਹੁਸੈਨ ਦਾ ਖਾਤੇ ਹੁਣ ਮੈਂ ਦੇ ਤਾਂ ਪੱਥਰ ਦਾ ਜ਼ਿਕਰ ਏ ਜਦੋਂ ਹੁਸੈਨ ਬਾਦਸ਼ਾਹ ਖਾਤੇ ਵੀ ਜਿਹੜੀ ਗੱਲ ਲਿਖਦੇ ਬੈਠੇ ਹਨ ਕਹਿ ਬਜ਼ੁਰਗ ਸ਼ਾਇਰ ਦੀ ਰੋਹ ਮੌਜੂਦ ਆਈ ਮੌਲਾ ਕਰਵਟ ਕਰਵਾ ਜੰਨਾ ਨਸੀਬ ਫਰਮਾਵੇ ਮੇਰੇ ਦਾਦਾ ਜਾਨ ਮਰੇ ਖਿਆਲ ਏ ਮੁਹੰਮਦ ਮੌਲਾਨਾ ਗੁਲਾਮ ਹੈਦਰ ਕੱਲੂ ਮਰਹੂਮ ਮਖੋਰ ਓਈ ਕਿੱਥੇ ਸੋਹਣਾ ਜੀਆਂ ਬੰਦ ਪੜਦੇ ਰਹਿੰਦੇ ਹਨ ਮੇਰਾ ਦਿਲ ਪਿਆ ਚਾਹੁੰਦੇ ਉਹਨਾਂ ਦੀ ਯਾਦ ਤਾਜ਼ਾ ਕਰਾਵਾ ਰੋਂਦੇ ਹੀ ਬੈਠੇ ਅਕਬਰ ਦਾ ਬਾਬਾ ਰੋ ਰੋ ਕੇ ਲਿਖਦਾ ਬੈਠੇ ਹਬੀਬ ਫਿਰਾ ਮਾਲੂਮ ਹਵੀ ਵਾ ਅਤੇ ਬਾਦ ਸਲਾਮ ਦੁਆ ਦੇ ਓ ਹੁਸੈਨ ਗਰੀਬ ਵਿੜੀ ਜਗਿਆ ਵਿੱਚ ਜੰਗਲ ਕਰ ਬਬਲਾ ਦੇ ਰੋ ਰੋ ਕੇ ਲਿਖਦਾ ਬੈਠੇ ਔਖੇ ਵੇਲੇ ਯਾਦ ਦਿਨਵਾ ਅਤੇ ਸੰਗਤੀ ਛੋਟੇ ਲਾ ਦੇ ਓ ਜੇ ਮਿਲਣਾ ਹੈ ਤਾਂ ਮਿਲ ਗਿਨ ਮੈਂ ਕੋ ਨਹੀਂ ਤਾਂ ਮਿਲ ਸੋ ਰਾਜ਼ ਜਲਾ ਮਾਲਾ ਤੁਰੀ ਹੈ ਕਬੂਲ ਫਰਮਾਵੇ ਦੋ ਦੀਆਂ ਦੋ ਗੱਲਾਂ ਇੱਕ ਤਾਂ ਇੱਕ ਵਹਿਣ ਮੈਂ ਕਿਹਾ ਆਮ ਹਸਤੀ ਦਾ ਕਿਬਲਾ ਜ਼ਿਕਰ ਸ਼ੁਰੂ ਨਹੀਂ ਕੀਤਾ ਮੈਂ ਜ਼ਿਕਰ ਸ਼ੁਰੂ ਕੀਤਾ ਜਨਾਬੇ ਹਬੀਬੀ ਬਨੇ ਮਜ਼ਾਹਿਦ ਦਾ ਕਿਸ ਹਸਤੀ ਦਾ ਨਾਮ ਹੈ ਜਨਾਬੇ ਹਬੀਬੀ ਬਨੇ ਮਜ਼ਾਹਿਰ ਜਿਹਦੇ ਬਾਰੇ ਨਬੀਆਂ ਦਾ ਸੁਲਤਾਨ ਨਬੀ ਖੁਦ ਫਰਮੈਂਦਾ ਰਹਿੰਦਾ ਇਹਦੀ ਅਜ਼ਮਤ ਤੋਂ ਸਜਾਣ ਵੀ ਨਹੀਂ ਸਕਦੇ ਇਹ ਮੇਰਾ ਵੀ ਹਬੀਬ ਏ ਮੇਰੇ ਹੁਸੈਨ ਦਾ ਵੀ ਹਬੀਬ ਮੌਲਾ ਤੇਰੇ ਮਾਰਫਤ ਦੀਆਂ ਹੰਝੂ ਕਬੂਲ ਫਰਮਾਵੇ ਮੇਰਾ ਵੀ ਹਬੀਬ ਏ ਮੇਰੇ ਹੁਸੈਨ ਦਾ ਵੀ ਹਬੀਬ ਏ ਔਰ ਹਬੀਬੀ ਬਨ ਮਜ਼ਾਹਿਰ ਜਦੋਂ ਵੀ ਐਸਾ ਮੌਕਾ ਬਣੇ ਹਾਂ ਕਿ ਸਰਵਰ ਕੋਨੈਨ ਦੇ ਨਾਲ ਮੁਲਾਕਾਤ ਥੀ ਵੀ ਆ ਵਤਹਾਂ ਦੇ ਨਾਲ ਵੀ ਲੈਣੇ ਹਨ ਇਹਦੀ ਪੇਸ਼ਾਨੀ ਦੇ ਉੱਤੇ ਗੋਸਾ ਵੀ ਦੇਣੇ ਹਨ ਸਵਾਲ ਕੀਤਾ ਗਿਆ ਮੌਲਾ ਇਹਦਾ ਪਿਆਰ ਮਜ਼ਾਹਿਰ ਦੇ ਇਸ ਬੱਚੜੇ ਦੇ ਨਾਲ ਇਸ ਪਿਆਰ ਦੀ ਵਜ੍ਹਾ ਕਿਆ ਕੋਈ ਐਸਾ ਕੰਮ ਮਜ਼ਾਹਿਰ ਦੇ ਹੀ ਬੱਚੜੇ ਦਾ ਤੁਹਾਨੂੰ ਪਸੰਦ ਆਇਆ ਹੈ ਜੋ ਇਹਦੀ ਪੇਸ਼ਾਨੀ ਚੁੰਮਦੇ ਹੋ ਇੱਕੋ ਹਾਂ ਦੇ ਨਾਲ ਲੈਂਦੇ ਹੋ ਸੈਯਦ ਉਲ ਮੁਰਸਲੀਨ ਪੈ ਫਰਮੈਨ ਆ ਹੀ ਕਹਿੰਦਾ ਇਹੋ ਜਿਹਾ ਸੋਹਣਾ ਕੰਮ ਮੈਨੂੰ ਪਸੰਦ ਆਇਆ ਹੈ ਕਦਮਾਂ 'ਤੇ ਹੱਥ ਲਾ ਕੇ ਆਦਨ ਮੌਲਾ ਕਿਹੜਾ ਕੰਮ ਪਸੰਦ ਹੈ ਸਰਕਾਰ ਪੈ ਫਰਮੈਨ ਇੱਕ ਦੀ ਵਾਰ ਮੈਂ ਮਸਜਿਦ ਨਬਵੀ ਤੋਂ ਬਹਿਰ ਪਿਆ ਨਿਕਲਦਾ ਹਮੀ ਮੈਂ ਨਿਗਾਹ ਕੀਤੀ ਹੈ ਜੋ ਮੇਰਾ ਪਿਆਰਾ ਬੱਚੜਾ ਹੁਸੈਨ ਖਰਾਮਾ ਖਰਾਮਾ ਚੱਲਦਾ ਹੋਇਆ ਵਹਿੰਦਾ ਪਿਆ ਆਈ ਔਰ ਹੁਸੈਨ ਦੇ ਪਿੱਛੋਂ ਮਜ਼ਾਹਿਰ ਦਾ ਇਹ ਬੱਚੜਾ ਚੱਲਦਾ ਹੋਇਆ ਵਹਿੰਦਾ ਪਿਆ ਆਈ ਜਿੱਥੋਂ ਜਿੱਥੋਂ ਮੇਰਾ ਹੁਸੈਨ ਬੱਚੜਾ ਕਦਮ ਚਹਿੰਦਾ ਹੈ ਇਹ ਖਾਕ ਜਾ ਕੇ ਆਪਣੀਆਂ ਅੱਖੀ 'ਤੇ ਲੈਂਦਾ ਖਾਕ ਜਾ ਕੇ ਆਪਣੀ ਅੱਖੀ ਦੇ ਉੱਤੇ ਲੈਂਦਾ ਹੈ
बहुत बड़ी मंजिलत जनाब हबीब दी। तोल न कर वा अपने बुजुर्गों को टाइम देव। कासिद ने खत चाया जिन्हें लोगों को तारीख के नाल प्यार है, इवें लिखे मुर्रकीन ने, कासिद पहुंचा कूफे दे विच, एक छोटी जी दुकान है। एक कासिद रिवायत करदे, मैं उत्थे पहुंचा, एक संद सीधा एक ज़ईफुल उम्र खड़ा, मैं बन के इंदे मुंडे दे उत्ते हाथ रखा, मैं सलाम बुलाया, मैं कुछ सलाम का जवाब दिता, मैं इंदे कोलो इको सवाल किया, हबीब इबने मज़ाहिर का घर जानदे? हबीब इबने मज़ाहिर का घर जानदे? ये मुँह कुछ नहीं बोला, खामोश रहन का इशारा किया। ते कासिद दा हाथ पकड़ के टुर पई है। कासिद रिवायत कहते हैं, जदों गली दी नुक्कड़ दे उत्ते पहुंचे ना, मेरे पास देख के आते, हबीब इब्ने मज़ाहिर दे नाल तेरा क्या काम है? कासिद दे, मैं इहदे पास देख के आके, मैं जन्नत दे मालकां दा कासिद हां, ते हबीब इब्ने मज़ाहिर दे नाल जन्नत दे मालिक दा खत भेजी वदा। इहदे जदों मैं आखिया ना जन्नत दे मालिक दा खत भेजी वदा हबीब दे नावें, ये ज़ईफ कई दफ़ा जमीन ते बैठे ही है, कई दफ़ा उठे ही है, मेरे सामने हाथ बदेस वत मेरे हाथों के उत्ते बोसा दे के रो रो के आते, जन्नत दे मालिक को मेरी शिकायत न करें, मैं को पहले दसावे हाँ, मैं तेरी तजीम करा हा, मैं आप हबीब इब्ने मज़ाहिर वाला तेरी मार्फत है कबूल फरमावे, मैं आप हबीब इब्ने मज़ाहिर। बस खत चाया, पुर मुसर्रत चेहरे दे नाल अपने वेड़े दे विच दाखिल थिया, ज़ौजा दी पई निगाह, पता लगे जो अज सरताज कोई चोखा खुश पिया दर्द है, देख क्या दिए अज कोई ज्यादा खुश दिवे पैन दर्द है। हबीब इब्ने मज़ाहिर की आवाज़ आती है, खुश किवें ना होवां, खाकियां दे नावें नूरियां दा खत आ गया, बशर दे नावें नूर दा खत आ गया। जन आखे ना हबीब ने जो जन्नत दे मालकां दा खत आ गया, शबीर दा खत आ गया, इवें जल्दी दे नाल शौहर दे पासे निगाह की, देख क्या दिए, मैं तो को आदि नारा दी, मदीने दे सैयद वड्डे लजपाल, मैं समझ गई हाँ अकबर को सेरा पिया पैदा हो सी, वाला तुरी है कबूल फरमावे, अकबर को सेरा पिया पैदा हो सी, अकबर की शादी का दावतनामा हो सी, इवें ना खोले, मैं पाकीजा चादर खेना नहीं हाँ, मैं आके चादर विछेनी हाँ, और चादर दे उत्ते तू खत खोले। ज़ौजा ने आके चादर विछाई, हबीब ने उसी पुर मुसर्रत चेहरे के नाल खत खोलना शुरू किया, ते दूजी सत्तर दे उत्ते पई निगाह लिखा होया, मिनल हुसैन इब्ने सैयदा, हाथ हबीब इब्ने मज़ाहिर दे कंब गए, खत चादर दे उत्ते झड़ गए। ज़ौजा की आवाज़ आँदी, हुणे तां खुश पिया रिसदा में, हुण हथ क्यों कंबदे नहीं, खत क्यों झड़ गए, रो रो किया दे तू नह जान दी, शुरफाए अरब का दस्तूर है, जद कहीं गरीब ते औखी बन वे ना, कहीं शरीफ ते औखी बन वे, वत कहीं को नुसरत किते मदद किते सदवावे, वत अपने नाम दे नाल बाप का नाम नहीं लिखता, गरीब माँ का नाम लिखता। खत दी जूदी सत्तर दे उत्ते लिखा है, मिनल हुसैन इब्ने सैयदा, मैं समझ गया ज़हरा दे लाल ते औखी बन गई, मौला तुरी है कबूल फरमावे, सिवाय गमे मजलूम में करबला दे दुनिया का कोई गम न देखो। ज़ौजा दी आवाज़ दी, खत में को ऊंचा ऊंचा सुना, इबारत पढ़नी खत दी शुरू की थी, हबीब बिरा तू मेरा बचपन का दोस्त है, जब कहीं शरीफ ते औखी बने ना तो छोटे लाल दे सौती जरूर याद आने, नाने दे दीन ते बन गई है औखी, नाने दा दीन बचावण दी खातिर मैं करबला दे विच आ के डेरे लाए हुए, मैं तेरी कदही मिन्नत न कर रहा हा, अगर मैं कल्ला होवां मैं ते को मदद की ते नसदा, मेरे नाल अली दिया शरीफ नोहा ते धीएल, अजा ये जुमले पढ़दा पिया आई जो ज़ौजा दी आवाज़ आँदी है, जल्दी दे नाल वांज हुसैन बादशाह दी नुसरत को, इदे दिली श्याल है, ज़ौजा दे ईमान दा इम्तिहान न गिना, ये जल्दी दे नाल ज़ौजा दे पासे मुखातिब थी, क्या किवें मन्या ज़ईफ हो गई हाँ, मेरे कोलो तलवार नहीं चलती, जब आके ना इम्तिहान आके ज़ईफ हो गया, मेरे को तलवार नहीं चलती, आदि अल्लमान कर सैयद आदलाल नुसरत किते बुलावे, तू आखे मैं ज़ईफ हो गया मेरे को तलवार नहीं चलती, ए दूजी गल करके आते ते को पता नहीं इब्ने ज़ियाद कितना ज़ालिम है, अगर मैं नुसरत हुसैन दे उत्ते गया ते को कैदन करा छोड़े सी,
ਸਾਡਾ ਘਰ ਮਿਸਮਾਰ ਕਰਾ ਛੋੜੇ ਸੀ, ਅੱਗ ਲਵਾ ਛੋੜੇ ਸੀ, ਜਿਵੇਂ ਸੈਦਾਂ ਦੀ ਕਨੀਜ਼ ਸਰ 'ਤੇ ਚਾਦਰ ਪਾਤੀ ਖੜੀ ਆਈ ਨਾ, ਇਵੇਂ ਚਾਦਰ ਲਹਾ ਕੇ ਹਬੀਬ ਇਬਨੇ ਮਜ਼ਾਹਿਰ ਦੇ ਉੱਤੇ ਛੱਡੀਏ ਅਤੇ ਅਸਮਾਨ ਦੇ ਪਾਸੇ ਦੇਖ ਕੇ ਆਦੀਏ, ਮੇਰਾ ਅੱਲਾ ਕਾਸ਼ ਮੈਂ ਮਰਦ ਹੋਵਾਂ, ਭਾਰਤ ਨਹੀਂ ਹੈ ਕਬਲ ਫਰਮਾਵੇ, ਕਾਸ਼ ਮੈਂ ਮਰਦ ਹੋਵਾਂ, ਸੈਦ ਅਲਾ ਦਿਲਾਲ ਦੀ ਮਦਦ ਕੋ ਮੈਂ ਮੰਨਾ, ਨੁਸਰਤ ਮੈਂ ਕਰਾਂ। ਹਬੀਬ ਦੀ ਆਵਾਜ਼ ਆਉਂਦੀ ਹੈ, ਫਕਤ ਤੁਹਾਡੇ ਇਮਤਿਹਾਨ ਦੀ ਖਾਤਰ ਆਖ ਮੈਂ, ਇਹ ਹੋ ਸਕਦਾ ਹੈ ਜੋ ਹੁਸੈਨ ਬਾਦਸ਼ਾਹ ਸਦੇ ਅਤੇ ਨੌਕਰ ਨਾ ਮੰਨੇ, ਨੌਕਰ ਕੋ ਘੋੜਾ ਦਿੱਤਾ, ਸ਼ਹਿਰ ਤੋਂ ਬਹਿਰ ਬਣ ਕੇ ਮੇਰਾ ਇੰਤਜ਼ਾਰ ਕਰ। ਥੋੜ੍ਹੀ ਦੇਰ ਦੇ ਬਾਅਦ ਹਬੀਬ ਇਬਨੇ ਮਜ਼ਾਹਿਰ ਮੁਰਖ ਇੰਨੇ ਵੀ ਲਿਖਿਆ, ਜਦੋਂ ਮਜ਼ਾਰੇ ਕੂਫਾ ਦੇ ਵਿੱਚ ਆਇਆ ਨਾ, ਕਹਿੰਦੇ ਨਾਲ ਮੁਲਾਕਾਤ ਹੋਈ ਹੈ ਜਨਾਬ ਮੁਸਲਿਮ ਇਬਨੇ ਔਸ ਜਾ, ਕਹਿੰਦੇ ਨਾਲ ਮੁਲਾਕਾਤ ਹੋਈ ਹੈ ਜਨਾਬ ਮੁਸਲਿਮ ਇਬਨੇ ਔਸ ਜਾ, ਜਨਾਬ ਮੁਸਲਿਮ ਇਬਨੇ ਔਸ ਜਾ ਦੀ ਆਵਾਜ਼ ਆਉਂਦੀ ਹੈ, ਜਨਾਬ ਮੁਸਲਿਮ ਇਬਨੇ ਔਸ ਜਾ ਨੇ ਹੱਥ ਵਿੱਚ ਲਿਫਾਫਾ ਮਹਿੰਦੀ ਦਾ ਪਕੜਾ ਹੋਏ ਅਤੇ ਹਬੀਬ ਦੇ ਪਾਸੇ ਮੁਖਾਤਿਬ ਥੀ ਕੇ ਪੁੱਛਦੇ ਪੈਣ, ਹਬੀਬ ਇਹ ਮੈਂ ਕੋ ਦੱਸਾਂ ਹਾਂ, ਇਹ ਹਥਿਆਰ ਕਿਉਂ ਤੇਜ਼ ਪੈ ਥੀ ਨੇ, ਇਹ ਫੌਜਾਂ ਕਿਉਂ ਤਿਆਰ ਪਈਆਂ ਥੀਂਦੀਆਂ ਨੇ। ਜਦੋਂ ਇਹੋ ਸਵਾਲ ਕੀਤਾ ਨਾ ਤਾਂ ਰੋ ਪਏ ਹਬੀਬ ਇਬਨੇ ਮਜ਼ਾਹਿਰ, ਰੋ ਰੋ ਕਿਆ ਦੇ ਮੁਸਲਿਮ ਮੇਰਾ ਤੇ ਕੋ ਕਿਆ ਦੱਸਾਂ ਵਾਂ, ਸੈਯਦਾ ਦੇ ਲਾਲ ਤੇ ਔਖੀ ਬਣ ਗਈ ਏ, ਇਹ ਫੌਜਾਂ ਸੈਯਦਾ ਦੇ ਲਾਲ ਕੋ ਮਾਰਨ ਦੀਆਂ ਤਿਆਰੀਆਂ ਪਿਆ ਕਰੇ ਨੇ ਨਾ, ਮੇਰੀ ਲੱਖ ਜਾਨ ਕੁਰਬਾਨ ਹੈ ਹੁਸੈਨ ਦੇ ਅਸਹਾਬ ਬਾਵਫਾ ਤੋਂ, ਜਿਵੇਂ ਹੱਥ ਦੇ ਵਿੱਚ ਲਿਫਾਫਾ ਮਹਿੰਦੀ ਦਾ ਪਕੜੀ ਖੜਾ ਆਈ ਨਾ, ਇਵੇਂ ਜ਼ਮੀਨ ਦੇ ਉੱਤੇ ਸੱਟੇ ਅਤੇ ਅਸਮਾਨ ਦੇ ਪਾਸੇ ਦੇ ਕੇ ਪਿਆ ਦੇ, ਮੇਰਾ ਅੱਲਾ ਗਵਾਹ ਰਾ ਮੈਂ, ਹੁਣ ਇਹ ਦਾੜੀ ਮਹਿੰਦੀ ਨਾਲ ਨਹੀਂ ਸਰ ਦੇ ਖੂਨ ਨਾਲ ਖਿਜ਼ਾ ਹੋ ਮਾਲਾ ਤੁਰੀ ਹੈ ਕਬੂਲ ਫਰਮਾਵੇ, ਮਹਿੰਦੀ ਨਾਲ ਨਹੀਂ ਸਰ ਦੇ ਖੂਨ ਨਾਲ ਖਿਜ਼ਾ ਹੋ ਸੀ। ਹੁਣ ਨੌਕਰ ਇੰਤਜ਼ਾਰ ਪਿਆ ਕਰਿੰਦੇ ਹਬੀਬਾ ਦੇ, ਜਦੋਂ ਮੈਂ ਕੋਈ ਥੋੜ੍ਹੀ ਜਿਹੀ ਦੇਰ ਥਈ ਨਾ, ਨੌਕਰ ਇੰਤਜ਼ਾਰ ਪਿਆ ਕਰਿੰਦਾ ਸੀ ਘੋੜੇ ਦੇ ਨਾਲ, ਅਤੇ ਮੈਂ ਘੋੜੇ ਦੇ ਕਰੀਬ ਪਹੁੰਚਣਾ, ਮੈਂ ਇੱਕ ਡੁੱਖਾ ਜਿਹਾ ਮੰਜ਼ਰ ਡਿੱਠੇ, ਜਨਾਬ ਹਬੀਬ ਰਿਵਾਇਤ ਕਰੇ ਨਾ, ਮੈਂ ਡਿੱਠੇ ਘੋੜੇ ਦੀਆਂ ਅੱਖੀ ਦੇ ਵਿੱਚੋਂ ਹੰਝੂ ਪਈਆਂ ਠਾਲੀਆਂ। ਸਹਾਬੀ ਬਾਵਫਾ ਦੀ ਸਵਾਰੀ ਵੀ ਬਾਵਫਾ, ਹੰਝੂ ਪੀਆਂ ਡਾਨੀਆਂ, ਇਹ ਤਾਂ ਮੈਂ ਉੱਥੇ ਹੀ ਰੁਕ ਗਿਆ, ਮੈਂ ਡਿੱਠੇ ਜੋ ਨੌਕਰ ਇੱਕ ਵਾਅਦਾ ਕਿਆ ਹੈ, ਨੌਕਰ ਕਹਿ ਵੇਲੇ ਸੰਜੂ ਵਾਲ ਆਉਂਦਾ ਸਵਾਰੀ ਦੇ, ਕਹਿ ਵੇਲੇ ਖੱਬੋ ਵਾਲ ਆਉਂਦੇ, ਹਬੀਬਾ ਦੇ ਮੈਂ ਦੇਥਾ ਖੜਾ ਮੀ, ਨੌਕਰ ਨੇ ਵੱਜ ਕੇ ਵੀ ਘੋੜੇ ਦੇ ਗਲ ਦੇ ਵਿੱਚ ਬਹੀ ਪਾਤੀ ਹਨ, ਅਤੇ ਰੋ ਰੋ ਕਿਆ ਦੇ ਪਰੇਸ਼ਾਨ ਨਾ ਥੀ, ਅਗਰ ਮੇਰਾ ਆਕਾ ਨਾ ਆਇਆ ਮੈਂ ਤੇਰੀ ਜ਼ੀਨ ਤੇ ਸਵਾਰ ਥੀ ਸਾਂ, ਸੈਯਦਾ ਦੇ ਲਾਲ ਦੀ ਨੁਸਰਤ ਕੋ ਮੈਂ ਵੈਸਾਂ, ਇਹ ਗਾਲ ਸੁਣੀਏ ਹਬੀਬ ਇਬਨੇ ਮਜ਼ਾਹਿਰ, ਅਸਮਾਨ ਦੇ ਪਾਸੇ ਦੇ ਕੇ ਉੱਚਾ ਵਹਿਣ ਕਰਕੇ ਰੋ ਰੋ ਕਿਆ ਦੇ, ਮੇਰਾ ਅੱਲਾ ਏਡਾ ਗਰੀਬ ਹੋ ਗਏ, ਜੋ ਗੁਲਾਮ ਜ਼ਾਦਿਆਂ ਦੇ ਅਸਲ ਨੁਸਰਤ ਕੋ ਵੈਸੋ, ਬਸ ਘੋੜੇ ਦੀ ਜ਼ੀਨ ਦੇ ਉੱਤੇ ਆਇਆ ਹਬੀਬ ਇਬਨੇ ਮਜ਼ਾਹਿਰ। ਜਦੋਂ ਘੋੜੇ ਦੀ ਜ਼ੀਨ ਦੇ ਉੱਤੇ ਆਇਆ ਨਾ, ਨਾਦੇ ਅਲੀ ਦਾ ਵੇਰਦ ਸ਼ੁਰੂ ਕੀਤੇ ਹਬੀਬ ਇਬਨੇ ਮਜ਼ਾਹਿਰ, ਨਾਦੇ ਅਲੀ ਪੜਦਾ ਦੇ ਹਬੀਬ ਦਾ ਘੋੜਾ ਦੌੜਦਾ ਦੇ, ਘੋੜਾ ਸਫ਼ਰ ਕਰੇ ਨਾ ਦੇ ਹਬੀਬ, ਨਾਦੇ ਅਲੀ ਦਾ ਵੇਰਦ ਕਰੇ ਨਾ ਦੇ, ਇਵੇਂ ਲਿਖੇ ਮਰਖੀ ਨੇ, ਜਦਾਂ ਹਬੀਬ ਦਾ ਘੋੜਾ ਕਰਬਲਾ ਦੇ ਮੈਦਾਨ ਦੇ ਵੀ ਦਾਖਿਲ ਥਏ, ਅਸਹਾਬ ਬਾਵਫਾ ਦੀ ਪਈਏ ਨਿਗਾਹ, ਅਹਿਲਨ ਵਸਹਿਲਨ ਮਰਹਬਾ ਦੀਆਂ ਸਦਾਵਾਂ ਬੁਲੰਦ ਹੋਈਆਂ, ਤਕਬੀਰ ਦੇ ਨਾਰੇ ਬੁਲੰਦ ਹੋਏ, ਸੁਣੇ ਹਰ ਕਹੇ ਜਿਵੇਂ ਅੱਜ ਦੀ ਫੈਵਾਲ ਸੁਣੇ, ਇਵੇਂ ਕਈ ਨਹੀਂ ਸੁਣੇ ਉੱਚਾ ਜੀਆਂ ਵੈਣ ਕਰ ਗਿਆ ਜੀ ਅਕਬਰ ਲਾਲ, ਮੈਂ ਕੁੱਲ ਸਾਥਨੇ ਬਾਬੇ ਦਾ ਕਿਹੜਾ ਸਖਤੀ ਆ ਗਏ, ਜਨਾਬੇ ਅਲੀ ਅਕਬਰ ਜਲਦੀ ਦੇ ਨਾਲ ਬਹਿਰ ਗਏ ਨਾ ਵਾਪਸ ਵੱਲੇ ਨਾ, ਰੋ ਰੋ ਕਿਆ ਦੇ ਅੰਮਾ ਚਾਚਾ ਹਬੀਬ ਇਬਨੇ ਮਜ਼ਾਹਿਰ ਆਇਆ ਖੜੇ, ਜਨਾ ਅਕਬਰ ਆਖੇ ਚਾਚਾ ਹਬੀਬ ਆਇਆ ਖੜੇ, ਬੀਬੀ ਦੀ ਆਵਾਜ਼ ਆਉਂਦੀ ਆਓ ਨਾ ਮੁਹੰਮਦ, ਮੇਰੇ ਸੋਹਣੇ ਬੱਚੜੇ ਮੇਰੇ ਨੇੜੇ ਆਓ, ਜਦਾਂ ਆਓ ਨਾ ਮੁਹੰਮਦ ਬੀਬੀ ਦੇ ਨੇੜੇ ਆਏ ਨਾ, ਰੋ ਰੋ ਕਿਆ ਦੀਏ ਬਾਹਰ ਲੱਗੇ ਵੰਜੋ, ਬਾਹਰੋਂ ਘੋੜੇ ਤੇ ਤੁਹਾਡਾ ਮਾਮਾ ਹਬੀਬ ਇਬਨੇ ਮਜ਼ਾਹਿਰ ਆਇਆ ਖੜੇ, ਆਉਂਦੇ ਸਾਹਮਣੇ ਲੱਗੇ ਵੰਜੋ, ਛੋਟੇ ਛੋਟੇ ਹੱਥ ਮੱਤੇ